अस्सलाम वालेकुम मोहतरम, क्या हाल तबीयत से? ठीक है, मैं मुहम्मद शायद तुसा सारे एदे पे यूट्यूब चैनल डहा विलोग 145। तो दोस्तों आज दा विलोग जड़ा ने बहुत जबरदस्त ही बना लाए। मैं आज एक आप दे वेंदा पिया उस्ताद दी दुकान ते, क्योंकि मैं जड़ा ना दर्जन दा कम करन दा वाना, दर्जन दा कम छोड़ दी। आज मिले वेने आप दे उस्ताद मोहतरम को, ते माशाल्लाह काम सारे उस्ताद दे बहुत ही जबरदस्त चलदा होंदे। ਕੰਮ ਇਤਨਾ ਇੱਕ ਆਉਂਦੇ ਕਿ ਨਾ ਉਹ ਪੂਰਾ ਵੀ ਨਹੀਂ ਆ ਸਕਦਾ। ਤਕਰੀਬਨ 2 ਸ਼ਗਿਰਦ ਰੱਖੇ ਨੇ ਉਸਤਾਦ ਸਾਹਿਬ ਨੇ ਸਹੀ, ਅਤੇ ਅੱਜ ਕਰਵੇ ਨੇ ਮੁਲਾਕਾਤ ਉਹਨਾਂ ਨਾਲ, ਅਤੇ ਮੈਂ ਵੀ ਆਪਣਾ ਕੰਮ ਲਿਖੇ ਸਾਂ ਕਿ ਮੈਂ ਦਰਜਿਆਂ ਦਾ ਕੰਮ ਕਿਵੇਂ ਕਰਨਾ ਔਰ ਮੇਰੀ ਆਪਦੀ ਮਸ਼ੀਨ ਕਿਹੜੀ ਹੈ ਉਸਤਾਦ। ਅੱਛਾ ਜੀ, ਮੈਂ ਹੁਣ ਪੁੱਜਿਆ ਆਪਦੇ ਉਸਤਾਦ ਦੀ ਦੁਕਾਨ 'ਤੇ। ਇਹ ਮੋਟਰਸਾਈਕਲ ਆਪਣੀ ਮਿਲਵੇ ਨੇ ਤਾਂ ਉਸਤਾਦ। ਇਹ ਸਾਡੇ ਉਸਤਾਦ ਦੇ ਸ਼ਗਿਰਦ ਸੀ, ਸਾਡੇ ਉਸਤਾਦ ਮੋਹਤਰਮ ਸਿੰਘ ਬੈਠੇ ਨੇ। ਅਸਲਾਮ ਵਾਲੇਕੁਮ ਉਸਤਾਦ ਜੀ, ਕੀ ਹਾਲ ਹੈ? ਤਬੀਅਤ ਸੇ ਠੀਕ? ਅਸਲਾਮ ਵਾਲੇਕੁਮ ਭਾਈ ਜਾਨ, ਤਬੀਅਤ ਸੇ ਠੀਕ? ਇਹ ਸਾਰੇ ਇਲਾਕੇ ਦੇ ਦੋਸਤ ਹਨ, ਮਾਸ਼ਾਅੱਲਾ ਫਖਰ ਹੈ ਸਾਰੇ ਦੇ। ਕੀ ਹੈ ਭਾਈ ਜਾਨ, ਤਬੀਅਤ ਸੇ ਠੀਕ ਹੈ? ਇਹ ਦੇਦੇ ਪਏ ਸਾਡੇ ਉਸਤਾਦ ਦੀ ਦੁਕਾਨ ਦੇ ਰਾਸ਼ੇ ਕੱਪੜਿਆਂ ਦਾ। ਅਲਹਮਦੁਲਿਲਾ ਕੰਮ ਇਹਨਾਂ ਦਾ ਬਿਹਤਰ ਚੱਲਦਾ ਹੁੰਦੇ, ਕਾਫੀ ਕੰਮ ਹੁੰਦੇ, ਤਾਂ ਹੀ ਵਜ੍ਹਾ ਤੂੰ ਮੈਂ ਵੀ ਉਸਤਾਦ ਦੇ ਕੋਲ ਕੰਮ ਕਰਨ ਆਇਆ ਬੈਠਾ। ਅਤੇ ਇਹ ਵੀ ਉਸਤਾਦ ਸਾਹਿਬ ਦਾ ਸ਼ਗਿਰਦ ਸੀ, ਮਾਸ਼ਾਅੱਲਾ ਨੇ 35,000 ਰੁਪਏ ਲਾ ਤੇ ਨਵੀਂ ਮਸ਼ੀਨ ਦਿੰਦਾ ਹੁਣ ਇਹ ਕੰਮ ਸ਼ੁਰੂ ਕੀਤੀ ਹੈ। ਅਤੇ ਇਹ ਇਲਾਕੇ ਸਾਰੇ ਦੇ ਨੰਬਰਦਾਰ ਹਨ, ਫਖਰ ਹਨ, ਮਾਣ ਹਨ, ਸੀਏ ਬੈਠੇ ਸੀ ਸਾਡੇ ਭਾਈ ਹਨ, ਗੁਲਾਮ ਯਾਦ ਸਿੰਘ ਸਾਹਿਬ ਹਨ ਸੀਏ, ਬਹੁਤ ਅੱਛੇ ਬੰਦੇ ਨੇ। ਤਾਂ ਅੱਜ ਇਹਨਾਂ ਨਾਲ ਇੱਕ ਛੋਟਾ ਜਿਹਾ ਸਵਾਲ ਸੀ, ਦੇਖੋ ਲਾਲੇ ਛੋਟਾ ਜਿਹਾ ਹੁਕਮ ਕਰ ਦਿੰਦੇ ਸੀ ਕੱਲਿਆਂ ਮਤਾ ਨਾ ਮਨੀ ਜੇ ਬਾਬੂ ਦਿਖੇ ਦੇ ਵੱਲ ਨਾ ਰਾਸੋ ਸਿੰਘ ਵਾਲਾ ਸਾਹਿਬ ਦਾ ਕੰਮ ਸ਼ੁਰੂ ਕਰੇ ਨੇ ਦਿਖੇ ਤੂੰ ਮੈਂ ਕੰਮ ਯਾ ਸਿੰਘ ਨੇ ਸਹੀ ਜਿਹੜਾ ਸਵਾਲ ਕਰਨ ਦੇ ਪਿਆ ਸੀ ਇਹਦੇ ਦੇ ਦਿਓ ਸੋ ਲਾ ਲੈਣੇ ਸੀ ਸਵੇਰ ਨਾਲ 80 ਰੁਪਏ ਦਾ ਖਰਚਾ ਕਰ ਦਿੱਤੇ ਇਹ ਲਿਆ ਲੈ ਜਿਹਨ ਕੇ ਮਸੀਹ ਦੇ ਪੈਸੇ ਕਹਿਣ ਦਿੰਦੇ ਯਾਰਾਂ ਦੇ ਪਿੱਛੋਂ ਖਰਚ ਕਰ ਦਿੰਦੇ ਲਾ ਲੈਣੇ ਸੀ ਸਵਾਲ ਪੂਰਾ ਕਰਤੇ ਕਿਉਂਕਿ ਫਿਰ ਮੁਹੱਬਤ ਵਾਲਾ ਵੀਰਾ ਹੈ ਭਾਈ ਹਨ ਸਾਰੇ ਇਹ ਸਾਰੇ ਉਸਤਾਦ ਬੈਠੇ ਨੇ ਕਿੰਨੇ ਬੋਤਲ ਵੱਲ ਦੱਸਿਆ ਨੇ ਸਾਨੂੰ ਪਿੱਛੇ ਕਿਆ ਕਹੀ ਹੈ ਨਾਲ ਰਾਸੋ ਵੀਡੀਓ ਐਂਡ ਤੱਕ ਡਿਠਾ ਕਰੋ ਉਸਤਾਦ ਜੀ ਬੋਤਲ ਤਾਂ ਠੰਡੀ ਥਈ ਵੀ ਮਜ਼ਾ ਕੀਤੀ ਵੀ ਬੋਤਲ ਨਹੀਂ ਲਾ ਲੈ ਤੇ ਬੋਤਲ ਵੈਸੇ ਵਿਰਾਵਾਂ ਦਿਹਾਤ ਦੀ ਤਾਂ ਉਸਤਾਦ ਜੀ ਜ਼ਹਿਰ ਹੀ ਚੱਲ ਪੈਂਦੀ ਹੈ ਤਾਂ ਵਾਲੀ ਡਿਊ ਦੀ ਬੋਤਲ ਹੈ ਯਾਰ ਚੱਸਾਂ ਜੇ ਪੈਂਦੀ ਭਾਈ ਉਹਨਾਂ ਦੀ ਨਗਰੀ ਦੀ ਗੁਲਾਮ ਯਾਸੀਨ ਦੀ ਨਗਰੀ ਜੂ ਇਹਨਾਂ ਕਮੀਜ਼ਾਂ ਦਾ ਕੰਮ ਮੁਕਵਾ ਕੇ ਤੇ ਮੈਂ ਉਸਤਾਦ ਨੂੰ ਦੁਕਾਨ 'ਤੇ ਗਿਆ ਦਰਜਿਆਂ ਦੁਕਾਨ 'ਤੇ ਬੈਠਾ ਮਸ਼ੀਨ ਇਹਨਾਂ ਕੋਲ ਕੰਮ ਕਾਫੀ ਸਾਰਾ ਹੈ ਸਾਰੇ ਕਮਾਉਂਦੇ ਪਏ ਤਾਂ ਇੱਥੋਂ ਕੰਮ ਜਿਹੜਾ ਸਵੇਰੇ ਸੂਟ ਮਸ਼ੀਨ ਦਾ ਪਿਆ ਉੱਥੇ ਗਿਆ ਮੁਕੰਮਲ ਇਹ ਮੈਂ ਚਾਹ ਤੇ ਘਰ ਬਹਿੰਦਾ ਅਸਾਂ ਖਾਂਦੇ ਪਏ ਮੇਰਾ ਸਮੋਸੇ ਤਾਂ ਸਮੋਸੇ ਖਾਣੇ 10 ਡਾਕੂਮੈਂਟ ਹੈ ਕੁਛ ਬਾਹਰ ਹੈ ਸੁੱਕ ਸਮੋਸੇ ਗਰਮੋ ਗਰਮ ਸਮੋਸੇ ਪਏ ਜਾ ਕੱਪੜੇ ਛੱਪੜੇ ਸੀ ਤੇ ਮੈਂ ਘਰ ਆ ਗਿਆ ਠੀਕ ਆ ਫਰੀ ਤਾਂ ਬਸ ਇਤਨੇ ਕਾਫੀ ਹੈ ਵੀਡੀਓ ਕਰਨੇ ਅਪਲੋਡ ਪਾਕਿਸਤਾਨ ਜ਼ਿੰਦਾਬਾਦ।